ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਮਨਦੀਪ ਰਾਏ ਪਿੰਡ ਸਰੀ ਤੋਂ ਤੁਹਾਡਾ ਸਭ ਦਾ ਵੈਲਕਮ ਕਰਦੀ ਹਾਂ ਮੇਰੇ ਚੈਨਲ ਕੁਕਿੰਗ ਵਿਦ ਫਤਿਹਜ਼ ਮਾਮ 'ਤੇ। ਸੋ ਫਰੈਂਡਸ, ਅੱਜ ਮੈਂ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੀ ਹਾਂ ਰੈਸਿਪੀ ਮਲਾਈ ਲੱਡੂ, ਜੋ ਕਿ ਬਹੁਤ ਜ਼ਿਆਦਾ ਟੇਸਟੀ ਬਣਦੇ ਆ। ਥੋੜ੍ਹਾ ਥੋੜ੍ਹਾ ਟੇਸਟ ਇਹਦਾ ਕਲਾਕੰਦ ਵਰਗਾ ਹੁੰਦਾ ਆ। ਮਲਾਈ ਲੱਡੂ ਲਈ ਸਾਨੂੰ ਕੋਈ ਚਾਸ਼ਨੀ ਬਣਾਉਣ ਦੀ ਜ਼ਰੂਰਤ ਨਹੀਂ ਪੈਂਦੀ, ਬਸ ਤੁਸੀਂ 20 ਤੋਂ 25 ਮਿੰਟ ਦੇ ਵਿੱਚ ਮਲਾਈ ਲੱਡੂ ਤਿਆਰ ਕਰ ਸਕਦੇ ਹੋ। ਔਰ ਇਹਨਾਂ ਨੂੰ ਬਣਾਉਣ ਲਈ ਸਾਨੂੰ ਕੋਈ ਜ਼ਿਆਦਾ ਇਨਗਰੀਡੀਐਂਟ ਵੀ ਨਹੀਂ ਚਾਹੀਦੇ। ਸੋ ਜ਼ਿਆਦਾ ਟਾਈਮ ਨਾ ਲੈਂਦੇ ਹੋਏ ਸਟਾਰਟ ਕਰਦੇ ਆਪਣੀ ਅੱਜ ਦੀ ਰੈਸਿਪੀ ਮਲਾਈ ਲੱਡੂ। ਅਗਰ ਤੁਸੀਂ ਮੇਰੀਆਂ ਵੀਡੀਓਜ਼ ਦੇਖਣਾ ਪਸੰਦ ਕਰਦੇ ਹੋ, ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਿਓ। ਮੇਰੀਆਂ ਨਵੀਆਂ ਆਉਣ ਵਾਲੀਆਂ ਵੀਡੀਓ ਸਭ ਤੋਂ ਪਹਿਲਾਂ ਦੇਖਣ ਲਈ ਬੈਲ ਆਈਕਨ ਨੂੰ ਪ੍ਰੈਸ ਕਰਨਾ ਨਾ ਭੁੱਲਿਓ। ਹੁਣ ਸਭ ਤੋਂ ਪਹਿਲਾਂ ਅਸੀਂ ਇੱਥੇ ਪੈਨ ਦੇ ਵਿੱਚ ਲੈ ਰਹੇ ਹਾਂ 1.5 ਲੀਟਰ ਫੁੱਲ ਫੈਟ ਮਿਲਕ। ਅਸੀਂ ਇੱਥੇ ਦੁੱਧ ਤੋਂ ਪਨੀਰ ਬਣਾਉਣਾ ਆ। ਸੋ ਜੇ ਅਸੀਂ ਫੁੱਲ ਫੈਟ ਮਿਲਕ ਲਵਾਂਗੇ ਤਾਂ ਪਨੀਰ ਦੀ ਕੁਆਂਟਿਟੀ ਜ਼ਿਆਦਾ ਬਣੂਗੀ। ਅਗਰ ਤੁਸੀਂ ਫੁੱਲ ਫੈਟ ਦੀ ਜਗ੍ਹਾ 'ਤੇ 2% ਮਿਲਕ ਯੂਜ਼ ਕਰਨ ਲੱਗੇ ਹੋ ਤਾਂ ਫਿਰ 1.5 ਲੀਟਰ ਦੀ ਜਗ੍ਹਾ 'ਤੇ 2 ਲੀਟਰ ਪਾ ਲਿਓ। ਦੁੱਧ ਨੂੰ ਉਬਾਲਾ ਆ ਚੁੱਕਿਆ, ਹੁਣ ਅਸੀਂ ਪਨੀਰ ਫਟਾਉਣਾ ਸ਼ੁਰੂ ਕਰਦੇ ਹਾਂ। ਇੱਥੇ ਮੈਂ 3 ਚਮਚ ਵਿਨੇਗਰ ਦੇ ਵਿੱਚ 3 ਚਮਚ ਪਾਣੀ ਪਾ ਕੇ ਰੱਖਿਆ। ਹੁਣ ਥੋੜ੍ਹਾ ਥੋੜ੍ਹਾ ਕਰਕੇ ਆਪਾਂ ਇਹਦੇ ਵਿੱਚ ਵਿਨੇਗਰ ਪਾਵਾਂਗੇ। ਬਸ ਇਸ ਗੱਲ ਦਾ ਧਿਆਨ ਰੱਖਿਓ ਕਿ ਜਦੋਂ ਦੁੱਧ ਨੂੰ ਉਬਾਲਾ ਆ ਗਿਆ ਤਾਂ ਫਲੇਮ ਬੰਦ ਕਰ ਦੇਵਾਂਗੇ ਔਰ ਫਿਰ ਅਸੀਂ ਪਨੀਰ ਨੂੰ ਫਟਾਵਾਂਗੇ। ਪਨੀਰ ਫਟਾਉਣ ਲਈ ਅਸੀਂ ਵਿਨੇਗਰ ਦੀ ਜਗ੍ਹਾ 'ਤੇ ਨਿੰਬੂ ਵੀ ਲੈ ਸਕਦੇ ਹਾਂ, ਪਰ ਕੈਨੇਡਾ 'ਚ ਇੱਥੇ ਦੁੱਧ ਦੇ ਵਿੱਚ ਪ੍ਰਿਜ਼ਰਵੇਟਿਵ ਕਾਫੀ ਪਾਏ ਹੁੰਦੇ ਆ, ਫਿਰ ਨਿੰਬੂ ਦੇ ਨਾਲ ਜਲਦੀ ਫਟਦਾ ਨੀਗਾ। ਸੋ ਸਾਡੇ ਲਈ ਬੈਸਟ ਆਪਸ਼ਨ ਵਿਨੇਗਰ ਹੁੰਦਾ, ਪਰ ਇੰਡੀਆ 'ਚ ਅਸੀਂ ਨਿੰਬੂ ਦੇ ਨਾਲ ਬੜੀ ਆਸਾਨੀ ਦੇ ਨਾਲ ਫਟਾ ਲਈਦਾ ਦੁੱਧ ਨੂੰ। ਦੁੱਧ ਸਾਡਾ ਫਟ ਚੁੱਕਿਆ, ਤੁਸੀਂ ਦੇਖ ਸਕਦੇ ਹੋ ਕਿ ਇਹਦੇ ਵਿੱਚ ਗ੍ਰੀਨ ਕਲਰ ਦਾ ਪਾਣੀ ਅਲੱਗ ਹੋ ਚੁੱਕਿਆ। ਬਸ ਹੁਣ ਅਸੀਂ ਇੰਨਾ ਹੀ ਦੁੱਧ ਨੂੰ ਫਟਾਉਣਾ ਸੀ, ਇਹਨੂੰ ਛਾਣ ਕੇ ਆਪਾਂ ਪਾਣੀ ਅਲੱਗ ਕਰਦੇ ਹਾਂ। ਹੁਣ ਪਨੀਰ ਨੂੰ ਛਾਣਨ ਲਈ ਅਸੀਂ ਇੱਥੇ ਸਟ੍ਰੇਨਰ ਦੇ ਉੱਪਰ ਰੱਖਾਂਗੇ ਪਤਲਾ ਕੱਪੜਾ। ਤੁਸੀਂ ਕਿਸੇ ਵੀ ਤਰੀਕੇ ਦਾ ਕੋਈ ਵੀ ਪਤਲਾ ਕੱਪੜਾ ਲੈ ਸਕਦੇ ਹੋ ਔਰ ਬਸ ਪਨੀਰ ਇਹਦੇ ਉੱਪਰ ਪਾਵਾਂਗੇ। ਪਨੀਰ ਨੂੰ ਅਸੀਂ ਸਟ੍ਰੇਨਰ ਦੇ ਉੱਪਰ ਪਾ ਕੇ ਫਿਰ ਇਹਨੂੰ ਚਮਚ ਦੇ ਨਾਲ ਥੋੜ੍ਹਾ ਹਿਲਾਵਾਂਗੇ ਔਰ ਜਿਹੜਾ ਐਕਸਟਰਾ ਪਾਣੀ ਹੈ ਥੋੜ੍ਹਾ ਉਹ ਵੀ ਨਿਕਲ ਜੂਗਾ। ਉਹਦੇ ਬਾਅਦ ਅਸੀਂ ਪਨੀਰ ਨੂੰ ਠੰਡੇ ਪਾਣੀ ਦੇ ਨਾਲ ਚੰਗੀ ਤਰ੍ਹਾਂ ਵਾਸ਼ ਕਰਾਂਗੇ, ਜਿਹਦੇ ਨਾਲ ਕਿ ਪਨੀਰ ਦੇ ਵਿੱਚ ਵਿਨੇਗਰ ਦਾ ਜਿਹੜਾ ਵੀ ਟੇਸਟ ਆ ਜਾਂ ਖੱਟਾਪਨ ਆ ਉਹ ਸਾਰਾ ਦੂਰ ਹੋ ਜੂਗਾ ਔਰ ਦੂਜਾ ਪਨੀਰ ਥੋੜ੍ਹਾ ਠੰਡਾ ਹੋ ਜੂਗਾ। ਅਗਰ ਪਨੀਰ ਗਰਮ ਰਿਹਾ ਤਾਂ ਥੋੜ੍ਹਾ ਟਾਈਟ ਹੋਣ ਦਾ ਡਰ ਰਹਿੰਦਾ ਆ, ਕਿਉਂਕਿ ਮਲਾਈ ਲੱਡੂ ਵਾਸਤੇ ਸਾਨੂੰ ਪਨੀਰ ਥੋੜ੍ਹਾ ਸੌਫਟ ਚਾਹੀਦਾ ਹੁੰਦਾ ਆ। ਪਨੀਰ ਨੂੰ ਅਸੀਂ ਚੰਗੀ ਤਰ੍ਹਾਂ ਵਾਸ਼ ਕਰ ਲਿਆ, ਹੁਣ ਕੱਪੜੇ ਨੂੰ ਇਸ ਤਰੀਕੇ ਨਾਲ ਫੜ ਕੇ ਅਸੀਂ ਪਨੀਰ ਦੇ ਵਿੱਚੋਂ ਸਾਰਾ ਐਕਸਟਰਾ ਪਾਣੀ ਕੱਢ ਲਵਾਂਗੇ ਔਰ ਪਨੀਰ ਦੇ ਵਿੱਚ ਜਿਹੜਾ ਵੀ ਪਾਣੀ ਆ ਅਸੀਂ ਹੱਥ ਦੇ ਨਾਲ ਹੀ ਦਬਾ ਕੇ ਕੱਢਾਂਗੇ, ਇਹਦੇ ਉੱਪਰ ਅਸੀਂ ਵੇਟ ਰੱਖ ਕੇ ਇਹਨੂੰ ਜਮਾਉਣਾ ਨੀਗਾ। ਵੈਸੇ ਤੁਸੀਂ ਚਾਹੋ ਤਾਂ ਮਾਰਕੀਟ ਵਾਲਾ ਪਨੀਰ ਵੀ ਯੂਜ਼ ਕਰ ਸਕਦੇ ਹੋ, ਪਰ ਉਹ ਥੋੜ੍ਹਾ ਜਿਹਾ ਡਰਾਈ ਹੁੰਦਾ, ਉਹਨੂੰ ਚੰਗੀ ਤਰ੍ਹਾਂ ਜਮਾ ਕੇ ਅਤੇ ਉਹਦੇ ਵਿੱਚੋਂ ਸਾਰਾ ਪਾਣੀ ਕੱਢਿਆ ਹੁੰਦਾ ਆ। ਪਰ ਫਿਰ ਵੀ ਜੇ ਤੁਸੀਂ ਮਾਰਕੀਟ ਵਾਲਾ ਪਨੀਰ ਪਾਉਣਾ ਚਾਹੁੰਦੇ ਹੋ ਤਾਂ ਫਿਰ ਤੁਸੀਂ ਕੀ ਕਰਨਾ, ਉਹਨੂੰ ਹੱਥ ਦੇ ਨਾਲ ਚੰਗੀ ਤਰ੍ਹਾਂ ਮਸਲ ਕੇ ਅਤੇ ਸੌਫਟ ਕਰ ਲਿਓ। ਸਾਡਾ ਪਨੀਰ ਇੱਕਦਮ ਰੈਡੀ ਆ, ਬਿਲਕੁਲ ਸੌਫਟ ਵਾਲਾ। ਹੁਣ ਬਸ ਹੱਥ ਦੇ ਨਾਲ ਹੀ ਅਸੀਂ ਇਹਨੂੰ ਚੰਗੀ ਤਰ੍ਹਾਂ ਤੋੜ ਲਵਾਂਗੇ ਔਰ ਚੱਲਦੇ ਹਾਂ ਆਪਣੇ ਅਗਲੇ ਸਟੈਪ ਵੱਲ। ਫਤਿਹ ਸਿੰਘ ਜੀ ਆਪਦੀ ਹਾਜ਼ਰੀ ਲਵਾਉਣ ਵਾਸਤੇ ਸਕੇਲ ਲੈ ਕੇ ਪਹੁੰਚ ਗਏ ਆ। ਮਲਾਈ ਲੱਡੂ ਬਣਾਉਣ ਦੀ ਸ਼ੁਰੂਆਤ ਕਰਦੇ ਹਾਂ। ਅਸੀਂ ਇੱਥੇ ਕੜਾਹੀ ਦੇ ਵਿੱਚ ਲੈ ਰਹੇ ਹਾਂ 1 ਚਮਚ ਦੇਸੀ ਘਿਓ, ਫਲੇਮ ਨੂੰ ਅਸੀਂ ਮੀਡੀਅਮ ਰੱਖਿਆ ਹੋਇਆ ਔਰ ਘਿਓ ਗਰਮ ਹੋਣ 'ਤੇ ਅਸੀਂ ਇਹਦੇ ਵਿੱਚ ਐਡ ਕਰਾਂਗੇ 1 ਕੱਪ ਮਿਲਕ ਔਰ ਨਾਲ ਹੀ ਅਸੀਂ ਐਡ ਕਰਾਂਗੇ 1/2 ਕੱਪ ਮਲਾਈ। ਮਲਾਈ ਦੀ ਜਗ੍ਹਾ 'ਤੇ ਤੁਸੀਂ ਵਿਪਿੰਗ ਕਰੀਮ ਵੀ ਪਾ ਸਕਦੇ ਹੋ, ਪਰ ਅਸੀਂ ਮਲਾਈ ਲੱਡੂ ਬਣਾਉਣੇ ਆ ਸੋ ਉਹਦੇ ਵਿੱਚ ਮਲਾਈ ਪਾਵਾਂਗੇ, ਉਹਦਾ ਟੇਸਟ ਜ਼ਿਆਦਾ ਵਧੀਆ ਆਊਗਾ। ਹੁਣ ਤੁਸੀਂ ਪੁੱਛੋਗੇ ਕਿ ਕੈਨੇਡਾ 'ਚ ਤਾਂ ਦੁੱਧ ਦੇ ਉੱਪਰ ਮਲਾਈ ਆਉਂਦੀ ਨਹੀਂ ਅਤੇ ਮੈਂ ਮਲਾਈ ਕਿੱਥੋਂ ਲਈ ਆ। ਤੁਸੀਂ 1 ਕੱਪ ਦੁੱਧ ਲਿਓ, 1/2 ਕੱਪ ਉਹਦੇ ਵਿੱਚ ਵਿਪਿੰਗ ਕਰੀਮ ਪਾਇਓ, ਦੁੱਧ ਨੂੰ ਚੰਗੀ ਤਰ੍ਹਾਂ ਉਬਾਲ ਲਿਓ ਔਰ ਠੰਡਾ ਹੋਣ ਦਿਓ, ਉਹਦੇ ਉੱਪਰ ਮਲਾਈ ਆ ਜੂਗੀ। ਔਰ ਨਾਲ ਹੀ ਅਸੀਂ ਇੱਥੇ ਐਡ ਕਰਾਂਗੇ 1/2 ਕੱਪ ਮਿਲਕ ਪਾਊਡਰ। ਹੁਣ ਅਸੀਂ ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ। ਮੀਡੀਅਮ ਫਲੇਮ ਰੱਖ ਕੇ ਇਹਨੂੰ ਲਗਾਤਾਰ ਚਲਾਉਂਦੇ ਹੋਏ ਅਸੀਂ ਖੋਆ ਤਿਆਰ ਕਰਾਂਗੇ। ਇੱਥੇ ਅਸੀਂ ਇੰਸਟੈਂਟ ਖੋਆ ਤਿਆਰ ਕਰ ਰਹੇ ਹਾਂ। ਜੇ ਤੁਸੀਂ ਮਿਲਕ ਪਾਊਡਰ ਨਹੀਂ ਪਾਉਣਾ ਚਾਹੁੰਦੇ ਫਿਰ ਤੁਸੀਂ ਕੀ ਕਰਨਾ ਕਿ 1 ਕੱਪ ਦੀ ਬਜਾਏ 4 ਕੱਪ ਦੁੱਧ ਲਿਓ ਔਰ ਉਹਨੂੰ ਰਿਡਿਊਸ ਕਰਕੇ ਅਤੇ ਖੋਆ ਬਣਾ ਲਿਓ। ਹੁਣ ਜਿਹੜੇ ਸਾਨੂੰ ਵਿੱਚ ਲੰਬਸ ਦਿਖ ਰਹੇ ਆ ਉਹਨੂੰ ਅਸੀਂ ਤੋੜਦੇ ਹੋਏ ਦੁੱਧ ਨੂੰ ਪਕਾਵਾਂਗੇ। ਦੁੱਧ ਨੂੰ ਪਕਾਉਂਦੇ ਹੋਏ ਲਗਭਗ ਸਾਨੂੰ 5 ਮਿੰਟ ਹੋਏ ਆ ਔਰ ਤੁਸੀਂ ਦੇਖ ਸਕਦੇ ਕਾਫ਼ੀ ਜ਼ਿਆਦਾ ਥਿੱਕ ਹੋ ਚੁੱਕਿਆ। ਹੁਣ ਇੱਥੇ ਫਲੇਮ ਨੂੰ ਮੈਂ ਮੀਡੀਅਮ ਰੱਖਿਆ ਹੋਇਆ। ਜੇ ਤੁਹਾਡੀ ਕੜਾਹੀ ਦਾ ਤਲਾ ਹੈਵੀ ਆ ਤਾਂ ਤੁਸੀਂ ਫਲੇਮ ਨੂੰ ਹਾਈ ਵੀ ਕਰ ਸਕਦੇ ਹੋ, ਬਸ ਇੰਨਾ ਆ ਕਿ ਦੁੱਧ ਨੀਚੇ ਨਹੀਂ ਲੱਗਣਾ ਚਾਹੀਦਾ। ਮਿਲਕ ਸਾਡਾ ਕਾਫ਼ੀ ਜ਼ਿਆਦਾ ਥਿੱਕ ਹੋ ਚੁੱਕਿਆ, ਹੁਣ ਅਸੀਂ ਇਸ ਪੁਆਇੰਟ 'ਤੇ ਇਹਦੇ ਵਿੱਚ ਐਡ ਕਰਾਂਗੇ ਜਿਹੜਾ ਅਸੀਂ ਪਨੀਰ ਬਣਾਇਆ ਸੀ। ਮਲਾਈ ਲੱਡੂ ਦਾ ਟੇਸਟ ਬਿਲਕੁਲ ਕਲਾਕੰਦ ਵਰਗਾ ਹੁੰਦਾ ਕਿਉਂਕਿ ਇਹਨਾਂ ਨੂੰ ਬਣਾਉਣ ਦਾ ਤਰੀਕਾ ਇੱਕਦਮ ਸੇਮ ਆ, ਬਸ ਉਹਨੂੰ ਅਸੀਂ ਬਰਫੀ ਜਮਾ ਕੇ ਕੱਟ ਲੈਂਦੇ ਹਾਂ ਔਰ ਇਹਦੇ ਅਸੀਂ ਲੱਡੂ ਵੱਟ ਲੈਣੇ ਆ। ਜਿਵੇਂ ਕਿ ਤੁਸੀਂ ਦੇਖ ਰਹੇ ਹੋ ਕਿ ਖੋਆ 'ਤੇ ਅਸੀਂ ਪਨੀਰ ਨੂੰ ਚੰਗੀ ਤਰ੍ਹਾਂ ਮਿਕਸ ਕਰਦੇ ਹੋਏ ਪਕਾਵਾਂਗੇ, ਨਾਲ ਨਾਲ ਇੱਦਾਂ ਇਹਨੂੰ ਮੈਸ਼ ਕਰਦੇ ਰਹੋ ਕਿ ਜਿਹੜੇ ਪਨੀਰ ਦੇ ਵੱਡੇ ਪੀਸ ਆ ਉਹ ਇੱਕਦਮ ਸੈੱਟ ਹੋ ਜੂਗੇ। ਲਓ ਜੀ, ਖੋਏ 'ਚੋਂ ਦੁੱਧ ਕਾਫ਼ੀ ਜ਼ਿਆਦਾ ਸੁੱਕ ਚੁੱਕਿਆ, ਹੁਣ ਅਸੀਂ ਇਹਦੇ ਵਿੱਚ ਐਡ ਕਰ ਰਹੇ ਹਾਂ 1/2 ਕੱਪ ਕੰਡੈਂਸ ਮਿਲਕ। 1/2 ਕੱਪ ਕੰਡੈਂਸ ਮਿਲਕ ਦੇ ਨਾਲ ਮਿੱਠਾ ਥੋੜ੍ਹਾ ਜਿਹਾ ਫਿੱਕਾ ਰਹਿੰਦਾ, ਜੇ ਤੁਸੀਂ ਤੇਜ਼ ਮਿੱਠਾ ਖਾਣਾ ਪਸੰਦ ਕਰਦੇ ਹੋ ਤਾਂ 1/4 ਕੱਪ ਪਾ ਲਿਓ।
या एक बार पहला आधा कप मिठा पा के देख लियो, अगर घट लगे तो होर तुसी मिठा पा सकते हो। हुण असी कंडेंस मिल्क पावांगे तो एक बार फिर तो खोआ थोड़ा जा पतला हो जूगा। हुण असी इत्थे पा रहे हैं 4-5 बूंदा केवड़ा सेंस दियां, तुसी इहदी जगह ते इलायची पाउडर भी पा सकते हो। फ्लेम नूं असी अजे भी मीडियम रखिया होया, इस पॉइंट ते आ के दुध काफ़ी ज़्यादा नीचे लगता हुंदा आ, सो ध्यान दे नाल इहनूं पकावांगे। जे इत्थे मीडियम दी जगह ते तुसी लो भी करना चाहो तो लो कर सकते हो। बस खोआ साडा ऑलमोस्ट तैयार है, तुसी देख सकते हो कि थोड़ा थोड़ा इकट्ठा होना शुरू हो चुका, पर असी इहनूं थोड़ा होर पकावांगे कि एकदम इकट्ठा हो जाए। जिवें जिवें खोआ साडा पकदा जाऊगा, एक तां इकट्ठा होना शुरू हो जाऊगा, दूजा कढ़ाई नूं छड्दा जाऊगा, जिवें कि तुसी देख ही रहे हो। खोआ साडा तैयार हो चुकिआ, इहनूं असी फ्लेम दे उत्तों उतारदे हां और प्लेट दे विच कढ के ते 5-7 मिनट लई ठंडा होण लई रख देवांगे। 5 मिनट हो चुके हैं, खोआ साडा थोड़ा जा ठंडा हो गया, इहनूं पर असी बहुत ज़्यादा ठंडा नहीं कर रहा, थोड़ा कोसा जा ही रखांगे, फिर ही साडे लड्डू बन के तैयार होउगे। हुण असी इहनूं इस तरीके नाल इकट्ठा कर लैंदे हां, जिहदे नाल कि खोआ साडा ज़्यादा ठंडा नहीं होगा। हुण असी जल्दी जल्दी इहदे पेड़े तैयार करांगे, और पेड़ियां दा साइज़ तुसी आपदी चॉइस दे अकॉर्डिंग रख लियो, जिड्डे कि तुहानूं लड्डू पसंद आ। अगर असी खोए नूं वधिया तरीके नाल पकाया तो खोआ साडे हत्थां नूं चिपकूगा नहीं, और लड्डू साडे बहुत वधिया बन के तैयार होणगे। जिवें कि तुसी देख रहे हो कि पहला लड्डू असी बना के तैयार कर लिया, और इसे तरीके नाल ही हुण असी सारे लड्डू बना लवांगे। और जदों सारे लड्डू बन के तैयार हो गए, फिर असी इहनां नूं गार्निश करांगे। मलाई लड्डू नूं गार्निश करन लई अज असी इत्थे पिस्ता पाउडर दा यूज कीता, तुसी कोई भी ड्राई फ्रूट दा पाउडर लै सकदे हो, या चांदी दा वर्क भी ला सकदे हो। और जे तुसी कोई भी गार्निशिंग नहीं करना चाहुंदे तां इहनां नूं सिंपल भी रख सकदे हो, टेस्ट तां इहनां दा सेम ही रहना। और पिस्तियां दे नाल ही असी इत्थे पा रहे हैं थोड़ा थोड़ा केसर, ये भी बिल्कुल ऑप्शनल आ, जे तुहाडा दिल करे तां पा लियो। मैं तुहानूं इक गल दसना भुल गई सी कि अगर तुहानूं कंडेंस मिल्क दी रेसिपी चाहीदी है तां मैं लिंक डिस्क्रिप्शन बॉक्स च दे दूंगी, तुसी उत्थे जा के चैक कर सकदे हो। लो जी, मलाई लड्डू साढ़े एकदम तैयार है। अज की रेसिपी तुहानू किवें लगी लाइक ते कमेंट करके जरूर दस्यो, जो वीडियो पसंद आई फैमिली ते फ्रेंड्स नाल शेयर करियो, और हले तक चैनल नू सब्सक्राइब नहीं कीता ते चैनल नू सब्सक्राइब करियो। जल्दी मिलांगे एक नवी वीडियो दे नाल, तद तक लई सत श्री अकाल, थैंक्स फॉर वॉचिंग माई वीडियोज़।